ਕਿ ਕੀ ਭਗਵੰਤ ਸਿੰਘ ਮਾਨ ਤੁਹਾਨੂੰ ਗਵਰਨਰ ਮੰਨਦਾ ਵਾ? ਤੁਹਾਨੂੰ ਜੇ ਗਵਰਨਰ ਹੀ ਨਹੀਂ ਮੰਨਦਾ, ਕਿਉਂਕਿ ਉਹਨੇ ਕਿਹਾ ਸੀਗਾ ਕਿ ਗਵਰਨਰ ਕੌਣ ਹੁੰਦਾ, ਇਹ ਤਾਂ ਇੱਕ ਸਿਲੈਕਟਿਡ ਪੋਜੀਸ਼ਨ ਆ, ਅਸੀਂ ਇਲੈਕਟਿਡ ਹੈ, ਗਵਰਨਰ ਸਿਲੈਕਟਿਡ ਹੈ। ਇੱਕ ਤਾਂ ਤੁਹਾਡੀ ਇਹ ਤੋਹੀਨ ਕੀਤੀ, ਦੂਸਰਾ ਹੈਗਾ ਕਿ ਤੁਸੀਂ ਪੰਜ ਨੁਕਤੇ ਪੁੱਛੇ ਉਹਨੂੰ ਕਿ ਤੁਸੀਂ ਇਹ ਟੀਚਰਸ ਦੀ ਸਿਲੈਕਸ਼ਨ ਕੀਤੀ ਸਿੰਗਾਪੁਰ ਜਾਣ ਦੀ, ਇੱਕ ਆਫਿਸਰ ਚੰਡੀਗੜ੍ਹ ਤੋਂ ਸ਼ੰਟ ਆਊਟ ਕੀਤਾ ਸੀ ਗਵਰਨਰ ਨੇ, ਉਹਨੂੰ ਤੁਸੀਂ ਪ੍ਰਮੋਟ ਕਰਕੇ ਕਿੱਦਾਂ ਕਮਿਸ਼ਨਰ ਲਾਇਆ, ਅਤੇ ਦੋ ਤਿੰਨ ਗੱਲਾਂ ਉਹਨਾਂ ਨੇ ਹੋਰ ਪੁੱਛੀਆਂ। ਕੀ ਤੁਹਾਡੀ ਉਸ ਚਿੱਠੀ ਦਾ ਜਵਾਬ ਦਿੱਤਾ ਗਵਰਨਰ ਸਾਹਿਬ ਮੁੱਖ ਮੰਤਰੀ ਨੇ? ਅਤੇ ਗਵਰਨਰ ਨੇ ਆਪਣੀ ਜਿਹੜੀ ਸਪੀਚ ਸੀ ਉਹ ਪਹਿਲੀ ਵਾਰ ਪੌਜ਼ ਕੀਤੀ ਆ। ਮੈਂ ਦੇਖਿਆ ਕਿ ਕਦੀ ਪਹਿਲਾਂ ਗਵਰਨਰ ਜਿਹੜੇ ਨੇ ਉਹ ਪੜ੍ਹਦੇ ਰਹਿੰਦੇ ਨੇ ਕਿ ਓਪੋਜੀਸ਼ਨ ਬੋਲਦੀ ਵੀ ਅਤੇ ਕੁਛ ਨਹੀਂ ਉਹ ਸੁਣਦੇ, ਲੇਕਿਨ ਉਹਨਾਂ ਨੇ ਗੱਲ ਆਪਣੀ ਰੋਕੀ। ਉਹਨਾਂ ਨੇ ਕਿਹਾ ਕਿ ਮੈਂ ਆਪਣੀ ਇਸ ਗੱਲ ਵਿੱਚ ਮਾਈ ਗਵਰਨਮੈਂਟ ਨਹੀਂ ਐਡ ਕਰੂੰਗਾ, ਯਾਨੀ ਕਿ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਲੈਜਿਸਲੇਟਿਵ ਕੰਮਕਾਰ ਦੇ ਇਤਿਹਾਸ ਵਿੱਚ ਕਿ ਗਵਰਨਰ ਕਹਿੰਦਾ ਮੈਂ ਇਸ ਨੂੰ ਆਪਣੀ ਸਰਕਾਰ ਨਹੀਂ ਕਹੂੰਗਾ। ਫਿਰ ਉਸ ਤੋਂ ਬਾਅਦ ਭਗਵੰਤ ਮਾਨ ਉਹਨਾਂ ਨੇ ਬਹੁਤ ਸ਼ੋਰ ਮਚਾਇਆ ਕਿ ਜੀ ਇਹ ਤਾਂ ਕੈਬਨਿਟ ਦਾ ਫੈਸਲਾ ਹੈ ਜੀ। ਤਾਂ ਉਹਨਾਂ ਨੇ ਗਵਰਨਰ ਨੇ ਵੈਸੇ ਬੇਸਿਕਲੀ ਕੀ ਕੀਤਾ ਵਾ ਅੱਜ ਸਾਰੀ ਗੱਲ ਵਿੱਚ, ਜੋ ਮੈਂ ਨਜ਼ਰ ਕੀਤਾ ਕਿ ਉਹ ਉਸਨੇ ਇੱਕ ਮੌਕਾ ਦਿੱਤਾ ਵਾ ਲੋਕਾਂ ਤੱਕ ਗੱਲ ਪਹੁੰਚਾਉਣ ਦਾ ਕਿ ਇਹ ਗਵਰਨਰ ਦੀ ਹੈਸੀਅਤ ਨੂੰ ਅਤੇ ਕੌਂਸਟੀਟਿਊਸ਼ਨਲ ਪੋਜੀਸ਼ਨ ਨੂੰ ਟਿੱਚ ਜਾਣਦੇ ਨੇ, ਔਰ ਤਾਂ ਕਰਕੇ ਉਹਨਾਂ ਨੇ ਆਪਣੀ ਸਪੀਚ ਰੋਕ ਕੇ ਉਸ ਗੱਲ ਦਾ ਜਿਹੜੀ ਗੱਲ ਲੀਡਰ ਆਫ ਆਪੋਜੀਸ਼ਨ ਨੇ ਉਠਾਈ ਉਹਦਾ ਜਵਾਬ ਦਿੱਤਾ। ਫਿਰ ਉਹਨਾਂ ਨੇ ਭਾਵਾਂ ਬਾਅਦ 'ਚ ਕਹਿਤਾ ਕਿ ਕੋਈ ਗੱਲ ਨਹੀਂ ਮੈਂ ਪੜ੍ਹ ਦਿੰਦਾ ਕਿ ਮੇਰੀ ਸਰਕਾਰ ਆ। ਫਿਰ ਦੁਬਾਰਾ ਮੌਕਾ ਆਇਆ ਕਿ ਤੁਹਾਡੀ ਨੁਕਤਿਆਂ ਦੇ ਦਿੱਤੇ ਇਹਨਾਂ ਨੇ ਜਵਾਬ, ਫਿਰ ਉਹਨਾਂ ਨੇ ਕਿਹਾ ਨਹੀਂ ਮੇਰੇ ਜਵਾਬ ਹਲੇ ਨਹੀਂ ਦਿੱਤੇ, ਪਰ ਮੈਨੂੰ ਉਮੀਦ ਆ ਕਿ ਭਗਵੰਤ ਮਾਨ ਦੀ ਸਰਕਾਰ ਮੇਰੇ ਨੁਕਤਿਆਂ ਦੇ ਜਵਾਬ ਦੇ ਦੇ। ਸੋ ਕਹਿਣ ਤੋਂ ਭਾਵ ਕਿ ਪਹਿਲਾ ਦਿਨ, ਔਰ ਤੁਸੀਂ ਦੇਖੋਗੇ ਕਿ ਜਿਹੜਾ ਕੰਮ ਕੋਈ ਕਦੀ ਓਪੋਜੀਸ਼ਨ ਬੈਂਚਸ ਕਰਦੇ ਉਹ ਰੂਲਿੰਗ ਪਾਰਟੀ ਦੇ 92 ਦੇ 92 ਖੜ੍ਹੇ ਹੋ ਕੇ ਸ਼ੋਰ ਮਚਾਉਣ ਲੱਗ ਗਏ, ਔਰ ਕਾਂਗਰਸ ਦੇ ਇਲਜ਼ਾਮ ਲਾ ਰਹੇ ਸੀਗੇ ਜੀ ਤੁਸੀਂ BJP ਦੀ ਬੋਲੀ ਬੋਲ ਰਹੇ ਹੋ, ਇਹਦਾ ਮਤਲਬ ਦੁਬਾਰਾ ਫਿਰ ਅਵੱਗਿਆ ਕਰ ਰਹੇ ਸੀਗੇ, ਕਿਉਂਕਿ ਗਵਰਨਰ ਜਿਹੜਾ ਹੁਣ BJP ਦਾ ਨੀਗਾ ਉਹ ਇੱਕ ਕੌਂਸਟੀਟਿਊਸ਼ਨਲ ਪੋਜੀਸ਼ਨ ਹੋਲਡ ਕਰਦਾ। ਸੋ ਕੁੱਲ ਮਿਲਾ ਕੇ ਅੱਜ ਦੇ ਦਿਨ ਵਿੱਚ ਇੱਥੇ ਇਹ ਸ਼ੁਰੂਆਤ ਹੋਈ, ਔਰ ਮੈਂ ਸਮਝਦਾ ਕਿ ਸਾਡਾ ਕਹਿਣਾ ਵਾਜਬ ਸੀਗਾ ਕਿ ਤੁਸੀਂ ਇੱਕ ਪਾਸੇ ਕਹਿੰਦੇ ਕਿ ਗਵਰਨਰ ਹੈ ਕੌਣ ਆ, ਇਹ ਤਾਂ ਇੱਕ ਬਿਲਕੁਲ ਫਰਜ਼ੀ ਪੋਸਟ ਹੈਗੀ ਆ, ਇੱਕ ਪਾਸੇ ਤੁਸੀਂ ਉਸੇ ਗਵਰਨਰ ਕੋਲੋਂ ਆਪਣੀਆਂ ਅਚੀਵਮੈਂਟਸ ਪੜ੍ਹਾ ਰਹੇ ਹੋ, ਦੋ ਗੱਲਾਂ ਨਹੀਂ ਹੋ ਸਕਦੀਆਂ। ਸੋ ਅੱਜ ਦਾ ਮੇਨ ਮਕਸਦ ਜਿਹੜਾ ਸੀਗਾ ਓਪੋਜੀਸ਼ਨ ਦਾ, ਅਸੀਂ ਸਿਰਫ ਲੋਕਾਂ ਦੀ ਕਚਹਿਰੀ 'ਚ ਦੱਸਣਾ ਸੀਗਾ ਕਿ ਕਿੱਦਾਂ ਇਹ ਸਭ ਦੀ ਤੋਹੀਨ ਕਰਦੇ ਨੇ ਇਹ ਜਿਹੜੇ ਬੋਕਰ ਪਾਰਟੀ ਆ, ਔਰ ਖਾਸ ਤੌਰ 'ਤੇ ਜਿਹੜੇ ਇਹਨਾਂ ਨੇ ਗਵਰਨਰ ਦੀ ਤੋਹੀਨ ਕੀਤੀ ਸੀਗੀ ਉਹਨੂੰ ਹਾਈਲਾਈਟ ਕਰਨਾ ਸਾਡਾ ਮਕਸਦ ਸੀ, ਐਂਡ ਵੀ ਹੈਵ ਅਚੀਵ ਦੈਟ ਪਰਪਸ। ਉਸ ਹੈ ਕਿ ਵਿਰੋਧੀ ਧਿਰ ਗਵਰਨਰ ਐਡਰੈਸ ਦੇ ਵਿੱਚ ਵਾਕਆਊਟ ਕਰਕੇ ਚਲੀ ਗਈ, ਜਿਹੜੇ ਪੰਜਾਬ ਦੇ ਲੋਕ ਨਿਰਾਸ਼ ਨੇ ਇਸ ਚੀਜ਼ ਤੋਂ ਕਿ ਕਿਉਂ ਉੱਠ ਕੇ ਗਏ, ਜਦੋਂ ਮੌਕਾ ਮਿਲੂਗਾ ਤਾਂ ਉਹ ਆਪਦੀ ਗੱਲ ਰੱਖਦੇ। ਸੋ ਵਿੱਚ ਟੋਕਾ ਟਾਕੀ ਕਰਨੀ ਇੱਕ ਨਵੀਂ ਪਿਰਤ ਹੈ ਜਿਹੜੀ ਵਿਰੋਧੀ ਧਿਰ ਵੱਲੋਂ ਪਾਈ ਗਈ, ਜਿਹੜੀ ਕਿ ਚੰਗੀ ਨਹੀਂ ਹੈ। ਕਿਉਂ ਟੋਕਾ ਟਾਕੀ ਕਿਉਂ ਕਰ ਰਹੇ ਸੀ ਉਹ, ਕਿਹੜੇ ਕਾਰਨਾਂ ਕਰਕੇ? ਕਾਰਨ ਕੋਈ ਵੀ ਨਹੀਂ। ਦੇਖੋ ਪੰਜਾਬ 'ਚ ਜੋ ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਤੱਕ ਕੀਤਾ ਉਹ ਸਾਰਾ ਕੁਛ ਗਵਰਨਰ ਐਡਰੈਸ 'ਚ ਦੱਸ ਰਹੇ ਸੀ। ਉਹਨਾਂ ਨੇ ਵਿੱਚ ਜਿਹੜੇ ਟੀਚਰ ਗਏ ਉਹ 'ਚ ਕਿੰਤੂ ਪਰੰਤੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਤਾਂ ਦੂਜਾ ਜਿਹੜਾ ਹੈਗਾ ਬੈਚ ਆ ਉਹ ਵੀ ਅੱਜ ਭੇਜਿਆ, ਤਾਂ ਕਿ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਉਹ ਬੱਚੇ ਜਿਨ੍ਹਾਂ ਵੱਲ ਕਿਸੇ ਨੇ ਸਰਕਾਰ ਨੇ ਧਿਆਨ ਨਹੀਂ ਦਿੱਤਾ ਉਹਨਾਂ ਦੀ ਚੰਗੀ ਪੜ੍ਹਾਈ ਵਾਸਤੇ ਅਸੀਂ ਜੋ ਕਰ ਸਕਦੇ ਹਾਂ ਉਹ ਕਰੀਏ। ਸੋ ਉਸਦੇ ਤਹਿਤ ਹੀ ਦੂਜਾ ਬੈਚ ਗਿਆ। ਸੋ ਉਹ ਉਸਦੇ ਵਿੱਚ ਜਿਹੜਾ ਹੈਗਾ ਕਿੰਤੂ ਪਰੰਤੂ ਕਰ ਖਹਿਰਾ ਸਾਹਿਬ ਆਏ ਸੀ ਉਹ ਕਹਿੰਦੇ ਕਿ ਸਪਸ਼ਟ ਕੀਤਾ ਜਾਵੇ ਜਿਹੜਾ ਰਾਜਪਾਲ ਅਤੇ ਜੋ CM ਦੇ ਵਿਚਾਲੇ ਜੋ ਪਿਛਲੇ ਦਿਨ ਹੀ ਹੋਇਆ ਉਹ ਕਹਿੰਦੇ ਕਿ ਆਪਣੇ ਰਿਲੇਸ਼ਨ ਨੂੰ ਸਪਸ਼ਟ ਕਰਨ ਕਿ ਇਹ ਆਪਣੀ ਸਰਕਾਰ ਮੰਨਦੇ ਜੇ ਮੰਨਦੇ ਆ ਜਾਂ ਨਹੀਂ ਮੰਨਦੇ ਇਸ ਤਰੀਕੇ ਨਹੀਂ। ਇਹ ਸਰਕਾਰ ਕਿਹਦੀ ਹੈ, ਸਰਕਾਰ ਕਿਹਦੀ ਹੈ, ਗਵਰਨਰ ਸਾਹਿਬ ਕਿਹਦਾ ਉਹ ਕਰਦੇ, ਸਰਕਾਰ ਦੀ ਉਹ ਕਰਦੇ ਆ ਕਿ ਸਰਕਾਰ ਨੇ ਆਹ ਕੁਛ ਕੀਤਾ? ਜਿਹੜੇ ਹੁਣ ਤੱਕ ਜਿੰਨੇ ਗਵਰਨਰ ਹੋਏ ਨੇ ਉਹਨਾਂ ਨੇ ਕਿਹਦੀ ਗੱਲ ਕੀਤੀ? ਉਹਨਾਂ ਨੇ ਵੀ ਤਾਂ ਸਰਕਾਰ ਦੀ ਇਹ ਗੱਲ ਕੀਤੀ, ਜਦੋਂ ਇਹਨਾਂ ਦਾ ਗਵਰਨਰ ਹੁੰਦਾ ਸੀ ਉਹ ਵੀ ਤਾਂ ਸਰਕਾਰ ਦੀ ਇਹ ਗੱਲ ਕਰਦਾ ਸੀ। ਫਿਰ ਅੱਜ ਕੀ ਨਵਾਂ ਸੀ ਜਿਹੜਾ ਉੱਠ ਕੇ ਵਿੱਚ ਐਡੀ ਕਾਹਲ ਪੈ ਗਈ ਵੀ ਵਿੱਚ ਬੋਲਣ ਦੀ ਲੋੜ ਪੈ ਗਈ? ਇਹਨਾਂ ਨੂੰ ਹਜ਼ਮ ਨਹੀਂ ਹੋ ਰਿਹਾ, ਪੰਜਾਬ 'ਚ ਇਹਨਾਂ ਵਾਸਤੇ ਕਹਿਣ ਨੂੰ ਕੁਛ ਨਹੀਂ ਹੈ, ਵਿਰੋਧੀ ਧਿਰ ਵਿੱਚ ਕੁਛ ਨਹੀਂ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਕਹਿਣ ਨੂੰ। ਸੋ ਉਸ ਕਰਕੇ ਉੱਠ ਕੇ ਬਾਹਰ ਭੱਜ ਗਏ। ਸੋ ਇੱਥੋਂ ਜ਼ਹਿਰ ਹੁੰਦਾ ਜੇ ਇਹਨਾਂ ਲਈ ਕੋਈ ਮੁੱਦਾ ਹੁੰਦਾ ਤਾਂ ਬੈਠਦੇ, ਸਮਾਂ ਮਿਲਣਾ ਸੀ ਉਹ 'ਚ ਜੋ ਮਰਜ਼ੀ ਗੱਲ ਰੱਖਦੇ।